ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ 'ਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਆਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਆਂ ਅੱਜ ਅਸੀਂ ਇਸ ਘੜੀ ਤਹਿਤ ਇੱਕ ਮਹਾਨ ਕ੍ਰਾਂਤੀਕਾਰੀ ਕਨ੍ਹਾਈ ਲਾਲ ਦੱਤ ਦੀ ਗੱਲ ਕਰਾਂਗੇ ਜਿਨ੍ਹਾਂ ਦਾ ਆਜ਼ਾਦੀ ਦੀ ਲੜਾਈ 'ਚ ਅਹਿਮ ਯੋਗਦਾਨ ਰਿਹਾ ਪਰ ਉਹਨਾਂ ਬਾਰੇ ਬਹੁਤ ਲੋਕਾਂ ਨੂੰ ਨਹੀਂ ਪਤਾ ਪੇਸ਼ ਹੈ ਇੱਕ ਰਿਪੋਰਟ ਅੱਜ ਅਸੀਂ ਗੱਲ ਕਰਾਂਗੇ ਇੱਕ ਮਹਾਨ ਭਰਪੁਲਾਏ ਜਾ ਚੁੱਕੇ ਕ੍ਰਾਂਤੀਕਾਰੀ ਕਨਹਾਈ ਲਾਲ ਦੱਤ ਦੀ। ਉਹਨਾਂ ਦਾ ਜਨਮ 31 ਅਗਸਤ 1888 ਨੂੰ ਆਣਵੰਡੇ ਬੰਗਾਲ ਦੇ ਚੰਦਨਨਗਰ ਵਿੱਚ ਹੋਇਆ ਸੀ। ਕਨਹਾਈ ਲਾਲ ਦੱਤ ਰਾਸ਼ਟਰਵਾਦੀ ਯੋਗਾਂਤਰ ਗਰੁੱਪ ਨਾਲ ਜੁੜੇ ਹੋਏ ਸਨ ਜੋ ਉਸ ਵੇਲੇ ਭਾਰਤ ਦੀ ਸੁਤੰਤਰਤਾ ਲਈ ਬੰਗਾਲ ਵਿੱਚ ਚੱਲ ਰਹੇ ਦੋ ਪ੍ਰਮੁੱਖ ਅਤੇ ਰੂਪੋਸ਼ ਕ੍ਰਾਂਤੀਕਾਰੀ ਸੰਗਠਨਾਵਾਂ ਵਿੱਚੋਂ ਇੱਕ ਸੀ। ਕਨ੍ਹਾਈ ਲਾਲ ਨੇ 20 ਸਾਲ ਦੀ ਉਮਰ ਵਿੱਚ ਹੀ ਮਾਤ ਭੂਮੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਕਨਹਾਈ ਲਾਲ ਦੱਤ ਨੂੰ ਮੁਜ਼ੱਫਰਨਗਰ ਬੰਬ ਹਮਲੇ ਵਿੱਚ ਸ਼ਾਮਲ ਹੋਣ ਲਈ ਅੰਗਰੇਜ਼ਾਂ ਨੇ 1908 ਵਿੱਚ ਗ੍ਰਿਫਤਾਰ ਕੀਤਾ ਸੀ। ਉਹਨਾਂ ਨਾਲ ਘੱਟੋ-ਘੱਟ 40 ਕ੍ਰਾਂਤੀਕਾਰੀ ਵੀ ਫੜੇ ਗਏ ਸਨ। ਕੁਝ ਮਹੀਨਿਆਂ ਬਾਅਦ ਦੱਤ ਅਤੇ ਉਹਨਾਂ ਦੇ ਦੋਸਤ ਸਤੇਂਦਰਨਾਥ ਬੋਸ ਨੂੰ ਨਰਿੰਦਰਨਾਥ ਗੁਸਾਈ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ। ਗੁਸਾਈ ਪਹਿਲਾਂ ਕ੍ਰਾਂਤੀਕਾਰੀ ਸੀ ਪਰ ਬਾਅਦ ਵਿੱਚ ਉਹ ਅੰਗਰੇਜ਼ਾਂ ਨਾਲ ਮਿਲ ਕੇ ਸਰਕਾਰੀ ਗਵਾਹ ਬਣ ਗਿਆ ਸੀ। ਗੋਸਾਈ ਦੀ ਗਵਾਹੀ ਕਾਰਨ ਹੀ ਅੰਗਰੇਜ਼ ਪੁਲਿਸ ਨੇ ਕਈ ਸੁਤੰਤਰਤਾ ਸੈਨਾਨੀਆਂ ਖਿਲਾਫ ਦੋਸ਼ ਪੱਤਰ ਤਿਆਰ ਕੀਤੇ ਇਸ ਗੱਲ ਦਾ ਬਦਲਾ ਲੈਣ ਲਈ ਸਤੇਂਦਰਨਾਥ ਅਤੇ ਕਨ੍ਹਾਈ ਲਾਲ ਨੇ ਜੇਲ੍ਹ ਵਿੱਚ ਗੋਸਾਈ ਨੂੰ ਗੋਲੀ ਮਾਰ ਦਿੱਤੀ ਨਰਿੰਦਰਨਾਥ ਦੀ ਹੱਤਿਆ ਨੂੰ ਲੈ ਕੇ ਜ਼ਿਲ੍ਹਾ ਮੈਜਿਸਟਰੇਟ ਸਾਹਮਣੇ ਕਨ੍ਹਾਈ ਲਾਲ ਨੇ ਸਪਸ਼ਟ ਤੌਰ ਤੇ ਬਿਆਨ ਦਿੱਤਾ ਕਿ ਨਰਿੰਦਰਨਾਥ ਦੀ ਹੱਤਿਆ ਇਸ ਲਈ ਕੀਤੀ ਗਈ ਕਿਉਂ ਜੋ ਉਹ ਗੱਦਾਰ ਸੀ ਫਾਂਸੀ ਤੋਂ ਇੱਕ ਦਿਨ ਪਹਿਲਾਂ ਅੰਗਰੇਜ਼ ਜੇਲ੍ਹ ਦੇ ਵਾਰਡਨ ਨੇ ਕਨ੍ਹਾਈ ਲਾਲ ਨੂੰ ਹੱਸਦਿਆਂ ਦੇਖ ਕੇ ਕਿਹਾ ਕਿ ਕੱਲ ਜਦੋਂ ਫੰਦੇ ਤੇ ਲਟਕਾਇਆ ਜਾਵੇਂਗਾ ਤਾਂ ਤੇਰੀ ਇਹ ਮੁਸਕਾਨ ਖਤਮ ਹੋ ਜਾਵੇਗੀ। ਅਗਲੀ ਸਵੇਰ ਵੀ ਕਨ੍ਹਾਈ ਲਾਲ ਹੱਸ ਰਹੇ ਸਨ। ਦਤ ਦੀ ਨਡਰਤਾ ਨੂੰ ਦੇਖ ਕੇ ਵਾਰਡਨ ਹੈਰਾਨ ਰਹਿ ਗਿਆ। 10 ਨਵੰਬਰ 1908 ਦੀ ਸਵੇਰ ਨੂੰ ਕਨ੍ਹਾਈ ਲਾਲ ਨੂੰ ਕੋਲਕਾਤਾ ਦੀ ਅਲੀਪੁਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ। ਕਨਹਾਈ ਲਾਲ ਦੀ ਕੁਰਬਾਨੀ ਦੇ ਤਕਰੀਬਨ 15 ਸਾਲ ਬਾਅਦ ਮੋਤੀ ਲਾਲ ਰਾਏ ਨੇ ਉਹਨਾਂ ਦੀ ਯਾਦ ਵਿੱਚ ਚੰਦਨਨਗਰ ਤੋਂ ਬੰਗਲਾ ਭਾਸ਼ਾ ਵਿੱਚ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ। ਉਸ ਸਮੇਂ ਚੰਦਨਨਗਰ ਫਰਾਂਸ ਦੇ ਕਬਜ਼ੇ ਵਿੱਚ ਸੀ ਪਰ ਅੰਗਰੇਜ਼ਾਂ ਨੇ ਸੀ ਕਸਟਮ ਐਕਟ 1878 ਤਹਿਤ ਉਸ ਕਿਤਾਬ 'ਤੇ ਪਾਬੰਦੀ ਲਗਾ ਦਿੱਤੀ। ਇਸ ਕਾਨੂੰਨ ਅਨੁਸਾਰ ਅੰਗਰੇਜ਼ੀ ਇਲਾਕਿਆਂ ਵਿੱਚ ਭੇਜੀ ਜਾ ਰਹੀ ਕਿਸੇ ਵੀ ਇਤਰਾਜ਼ਯੋਗ ਸਮਗਰੀ 'ਤੇ ਰੋਕ ਲਗਾਉਣ ਦੀ ਤਜਵੀਜ਼ ਸੀ ਇਸ ਕਿਤਾਬ ਵਿੱਚ ਮੋਤੀ ਲਾਲ ਨੇ ਉਹਨਾਂ ਪਲਾਂ ਨੂੰ ਯਾਦ ਕੀਤਾ ਹੈ ਜਦੋਂ ਉਹਨਾਂ ਨੇ ਕਨ੍ਹਾਈ ਲਾਲ ਦੇ ਮ੍ਰਿਤ ਸਰੀਰ ਦੇ ਦਰਸ਼ਨ ਕੀਤੇ ਸਨ ਮੋਤੀ ਲਾਲ ਨੇ ਲਿਖਿਆ ਹੈ ਕਿ ਕਨ੍ਹਾਈ ਲਾਲ ਦੇ ਚਿਹਰੇ ਤੇ ਕਿਸੇ ਯੋਗੀ ਦੀ ਤਰ੍ਹਾਂ ਸ਼ਾਂਤੀ ਸੀ ਅਤੇ ਉਹਨਾਂ ਦੇ ਸਰੀਰ ਤੇ ਅਜਿਹਾ ਕੋਈ ਨਿਸ਼ਾਨ ਨਹੀਂ ਸੀ ਜਿਸ ਤੋਂ ਇਹ ਲੱਗੇ ਕਿ ਮੌਤ ਸਮੇਂ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਡਰ ਰਿਹਾ ਹੋਵੇ ਕਨ੍ਹਾਈ ਲਾਲ ਦੀ ਫਾਂਸੀ ਦੀ ਲੋਕਾਂ ਵਿੱਚ ਬਹੁਤ ਚਰਚਾ ਹੋਈ ਦੇਸ਼ ਲਈ ਜ਼ਿੰਦਗੀ ਕੁਰਬਾਨ ਕਰਨ ਕਾਰਨ ਉਹ ਆਮ ਜਨਤਾ ਦੇ ਦਿਲਾਂ ਵਿੱਚ ਵਸ ਗਏ ਦੇਸ਼ ਦੀ ਸੇਵਾ ਲਈ ਕਨਹਾਈ ਲਾਲ ਦੇ ਜੋਸ਼ ਨੇ ਬਾਗਾ ਜਤਿਨ ਰਾਸ਼ਬਿਹਾਰੀ ਬੋਸ ਮਾਸਟਰ ਦਾ ਸੂਰਿਆ ਹਸਨ ਅਤੇ ਉਹਨਾਂ ਦੇ ਗਰੁੱਪ ਦੇ ਮੈਂਬਰਾਂ ਸਮੇਤ ਅਨੇਕਾਂ ਮਹਾਨ ਬੰਗਾਲੀ ਕ੍ਰਾਂਤੀਕਾਰੀਆਂ ਦੇ ਦਿਲਾਂ ਵਿੱਚ ਆਜ਼ਾਦੀ ਦੀ ਲੋਹ ਹੋਰ ਤੇਜ਼ ਕਰ ਦਿੱਤੀ ਕਨ੍ਹਾਈ ਲਾਲ ਦੱਤ ਵਰਗੇ ਸ਼ਹੀਦਾਂ ਦੀ ਕੁਰਬਾਨੀ ਅਤੇ ਅਮਿੱਟ ਦੇਸ਼ ਸੇਵਾ ਲਈ ਭਾਰਤ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ।